ਸਿੱਧੂ ਮੂਸੇਵਾਲੇ ਕੇਸ ਦਾ ਦੋਸ਼ੀ ਗੋਲਡੀ ਬਰਾੜ ਨਹੀਂ ਰਿਹਾ। ਇਸ ਦੁਨੀਆ ਤੇ ਇਸ ਸਮੇਂ ਦੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਸਾਹਮਣੇ। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ। ਦੋਸਤੋ, ਇਸ ਸਮੇਂ ਦੀ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਗੋਲਡੀ ਬਰਾੜ, ਜਿਸ ਨੂੰ ਕਿ ਤੁਸੀਂ ਜਾਣਦੇ ਹੋ, ਜਿਹੜਾ ਕਿ ਸਿੱਧੂ ਮੂਸੇਵਾਲੇ ਦੇ ਕਤਲ ਤੋਂ ਬਾਅਦ ਚਰਚਾ ਦੇ ਵਿੱਚ ਆਇਆ ਸੀ ਅਤੇ ਜ਼ਿੰਮੇਵਾਰੀ ਲਈ ਸੀ ਬਾਈ ਸਿੱਧੂ ਮੂਸੇਵਾਲੇ ਦੇ ਕੇਸ ਵਿੱਚ ਕਿ ਸਿੱਧੂ ਦੇ ਨਾਲ ਜੋ ਵੀ ਘਟਨਾ ਹੋਈ ਹੈ ਅਸੀਂ ਨੇ ਕਰਵਾਈ ਹੈ। ਉਸ ਤੋਂ ਬਾਅਦ ਗੋਲਡੀ ਬਰਾੜ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਰਿਹਾ ਅਤੇ ਦੋਸਤੋ ਹੁਣ ਅਮਰੀਕਾ ਤੋਂ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੋਲਡੀ ਬਰਾੜ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ। ਗੋਲਡੀ ਬਰਾੜ ਦਾ ਮੰਗਲਵਾਰ 5:25 'ਤੇ, ਜਾਣੀ ਕਿ ਕੱਲ੍ਹ, ਕਹਿੰਦੇ ਕਤਲ ਹੋ ਗਿਆ ਅਮਰੀਕਾ ਦੇ ਵਿੱਚ, ਵੱਡੀ ਖਬਰ ਹੈ ਅਤੇ ਪੁਸ਼ਟੀ ਕਹਿੰਦੇ ਨੇ ਪੁਲਿਸ ਅਧਿਕਾਰੀਆਂ ਨੇ ਵੀ ਕਰ ਦਿੱਤੀ ਹੈ। ਦੋਸਤੋ, ਅਮਰੀਕਾ ਦੇ ਇੱਕ ਅਖਬਾਰ ਵਿੱਚ ਖਬਰ ਛਪੀ ਹੈ, ਉਸ ਦੇ ਹਵਾਲੇ ਤੋਂ ਹੀ ਸੋਸ਼ਲ ਮੀਡੀਆ ਦੇ ਉੱਪਰ ਜਿਹੜੀਆਂ ਖਬਰਾਂ ਫੈਲ ਰਹੀਆਂ ਨੇ ਉੱਥੋਂ ਹੀ ਪੂਰੀ ਖਬਰ ਫੈਲੀ ਹੈ। ਅਖਬਾਰ ਨੇ ਛਾਪਿਆ ਹੈ ਕਿ ਗੋਲਡੀ ਬਰਾੜ, ਜੋ ਕਿ ਸਿੱਧੂ ਮੂਸੇਵਾਲੇ ਦੇ ਕੇਸ ਵਿੱਚ ਲੋੜੀਂਦਾ ਸੀ, ਉਹ ਅਤੇ ਉਸ ਦਾ ਇੱਕ ਸਾਥੀ ਕੱਲ੍ਹ ਇੱਕ ਗਲੀ ਦੇ ਬਾਹਰ ਖੜ੍ਹੇ ਸੀ ਅਮਰੀਕਾ ਦੇ ਵਿੱਚ ਅਤੇ ਦੋ ਅਗਿਆਤ ਬੰਦੇ ਆਉਂਦੇ ਨੇ ਅਤੇ ਉਹਨਾਂ ਦੇ ਉੱਪਰ ਕਰ ਦਿੰਦੇ ਨੇ, ਕਹਿੰਦੇ ਕਿ ਗੋਲੀਆਂ ਚਲਾਉਂਦੇ ਨੇ। ਗੋਲੀਆਂ ਚਲਾਉਣ ਤੋਂ ਬਾਅਦ ਇਹ ਬੰਦੇ ਉੱਥੋਂ ਫਰਾਰ ਹੋ ਜਾਂਦੇ ਨੇ। ਇੰਨੇ ਵਿੱਚ ਦੋਨੇ ਜਿਹੜੇ ਜ਼ਖਮੀ ਸੀ ਇਹਨਾਂ ਨੂੰ ਹਸਪਤਾਲ ਦੇ ਵਿੱਚ ਲਿਜਾਇਆ ਜਾਂਦਾ। ਕਹਿੰਦੇ ਨੇ ਕਿ ਇੱਕ ਪੁਲਿਸ ਅਧਿਕਾਰੀ ਨੇ ਵੀ ਪੁਸ਼ਟੀ ਕਰੀ ਹੈ ਕਿ ਦੋਨਾਂ ਦੇ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ। ਹੁਣ ਇਸ ਦੇ ਵਿੱਚ ਸਸਪੈਂਸ ਹੈ ਕਿ ਗੋਲਡੀ ਬਰਾੜ ਦੀ ਮੌਤ ਹੋਈ ਹੈ ਜਾਂ ਫਿਰ ਉਸ ਦਾ ਜਿਹੜਾ ਸਾਥੀ ਹੈ ਉਸ ਦੀ, ਪਰ ਜ਼ਿਆਦਾ ਖਬਰਾਂ ਇਹੀ ਚੱਲ ਰਹੀਆਂ ਨੇ ਜਿਹੜਾ ਗੋਲਡੀ ਬਰਾੜ ਹੈ ਕਿ ਉਹ ਇਸ ਦੁਨੀਆ 'ਚ ਨਹੀਂ ਰਿਹਾ। ਜਿਹੜੇ ਦੋਸਤੋ ਪੁਲਿਸ ਕਰਮਚਾਰੀ ਨੇ ਅਮੈਰੀਕਾ ਦੇ, ਉਹਨਾਂ ਨੇ ਇੰਨਾ ਕੁ ਤਾਂ ਦੱਸਿਆ ਕਿ ਇੱਕ ਬੰਦੇ ਦੀ ਮੌਤ ਹੋਈ ਹੈ, ਪਰ ਇਹ ਹਲੇ ਸਾਹਮਣੇ ਨਹੀਂ ਆਇਆ ਕਿ ਗੋਲਡੀ ਬਰਾੜ ਹੈ ਜਾਂ ਫਿਰ ਦੂਸਰਾ ਜਿਹੜਾ ਉਸ ਦੇ ਨਾਲ ਇੱਕ ਹੋਰ ਬੰਦਾ ਦੱਸਿਆ ਜਾ ਰਿਹਾ ਉਸ ਦੀ ਮੌਤ ਹੋਈ ਹੈ। ਅਤੇ ਇੱਕ ਇੱਥੇ ਹੋਰ ਵੀ ਤੁਹਾਨੂੰ ਖਬਰ ਦੱਸ ਦਈਏ ਜੋ ਜ਼ਿੰਮੇਵਾਰੀ ਲਈ ਹੈ ਇਸ ਕੇਸ ਦੀ ਕਿ ਅਸੀਂ ਨੇ ਕੀਤਾ ਹੈ, ਉਹ ਅਰਸ਼ਦੀਪ ਡੱਲਾ ਹੈ ਅਤੇ ਲਖਵੀਰ ਲੰਡੇ ਨੇ ਕਹਿੰਦੇ ਜ਼ਿੰਮੇਵਾਰੀ ਲਈ ਹੈ ਕਿ ਭਾਈ ਸਾਡੀ ਦੁਸ਼ਮਣੀ ਸੀ, ਅਸੀਂ ਨੇ ਪੂਰੀ ਵਾਰਦਾਤ ਹੈ ਜਿਹੜੀ ਕੀਤੀ ਹੈ। ਪਰ ਦੋਸਤੋ ਇੱਥੇ ਇੱਕ ਗੱਲ ਤੁਹਾਨੂੰ ਹੋਰ ਦੱਸ ਦਈਏ, ਸੋਸ਼ਲ ਮੀਡੀਆ ਦੇ ਉੱਪਰ ਆਏ ਦਿਨ ਕਈ ਝੂਠੀਆਂ ਖਬਰਾਂ ਵੀ ਫੈਲਦੀਆਂ ਨੇ, ਅਸੀਂ ਇਸ ਖਬਰ ਦੀ ਪੁਸ਼ਟੀ ਨਹੀਂ ਕਰਦੇ, ਪਰ ਸੋਸ਼ਲ ਮੀਡੀਆ ਦੇ ਉੱਪਰ ਜਿਹੜੇ ਆਪਣੇ ਪੰਜਾਬ ਦੇ ਚੈਨਲ ਨੇ, ਇਹਨਾਂ ਤੋਂ ਇਲਾਵਾ ਜਿਹੜੇ ਨੈਸ਼ਨਲ ਚੈਨਲ ਨੇ, ਇਹਨਾਂ ਨੇ ਵੀ ਇਹ ਖਬਰ ਚਲਾਈ ਹੈ ਜਿਹੜੀ ਕਿ ਮੈਂ ਤੁਹਾਨੂੰ ਪੂਰੀ ਪੜ੍ਹ ਕੇ ਸੁਣਾਈ ਹੈ। ਇਸੇ ਤਰੀਕੇ ਨਾਲ ਸਾਰੇ ਕਿਤੇ ਜਿਹੜੀ ਇਹ ਖਬਰ ਹੈ ਸੋਸ਼ਲ ਮੀਡੀਆ ਦੇ ਉੱਪਰ ਅੱਗ ਦੀ ਤਰ੍ਹਾਂ ਫੈਲ ਰਹੀ ਹੈ। ਬਾਕੀ ਸੱਚ ਕੀ ਹੈ, ਪੂਰਾ ਸੱਚ ਕੀ ਹੈ, ਜਦੋਂ ਕੋਈ ਹੋਰ ਇਸ ਨੂੰ ਲੈ ਕੇ ਖਬਰ ਸਾਹਮਣੇ ਆਵੇਗੀ ਤਾਂ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ, ਪਰ ਸੋਸ਼ਲ ਮੀਡੀਆ ਦੇ ਉੱਪਰ ਇਹ ਖਬਰ ਅੱਗ ਦੀ ਤਰ੍ਹਾਂ ਫੈਲ ਰਹੀ ਹੈ ਕਿ ਗੋਲਡੀ ਬਰਾੜ ਹੈ ਜਿਹੜਾ ਇਸ ਦੁਨੀਆ 'ਚ ਨਹੀਂ। ਦੋਸਤੋ, ਇਹ ਪੂਰੀ ਖਬਰ ਸੱਚ ਹੈ ਤਾਂ ਬਹੁਤ ਵੱਡੀ ਖਬਰ ਹੈ, ਕਿਉਂਕਿ ਪੰਜਾਬ ਪੁਲਿਸ ਨੂੰ ਵੀ ਲੋੜੀਂਦਾ ਸੀ ਗੋਲਡੀ ਬਰਾੜ, ਅਤੇ ਕਹਿੰਦੇ ਨੇ ਕਿ ਹੋਰ ਵੀ ਕਈ ਸਟੇਟਾਂ ਦੇ ਵਿੱਚ, ਕਈ ਸਟੇਟਾਂ ਦੀਆਂ ਜਿਹੜੀਆਂ ਪੁਲਿਸ ਨੇ ਉਹਨਾਂ ਨੂੰ ਭਾਲ ਸੀ ਅਤੇ ਇਨਾਮ ਵਗੈਰਾ ਵੀ ਰੱਖਿਆ ਗਿਆ ਸੀ ਗੋਲਡੀ ਬਰਾੜ ਦੇ ਉੱਪਰ, ਅਤੇ ਹੁਣ ਦੇਖਣਾ ਹੋਵੇਗਾ ਕਿ ਆਖਰ ਪੂਰੀ ਸੱਚਾਈ ਕੀ ਹੈ, ਕਿਉਂਕਿ ਇਹ ਤਾਂ ਸੁਣੀ ਸੁਣਾਈ ਖਬਰ ਹੈ, ਇੱਕ ਅਖਬਾਰ ਨੇ ਛਾਪੀ ਹੈ ਅਮੈਰੀਕਾ ਦੇ ਵਿੱਚ, ਅਤੇ ਉਸ ਤੋਂ ਬਾਅਦ ਉਰੇ ਜਿਹੜੇ ਆਪਣੇ ਪੰਜਾਬ ਦੇ ਚੈਨਲ ਨੇ ਜਾਂ ਫਿਰ ਨੈਸ਼ਨਲ ਮੀਡੀਆ ਹੋਵੇ ਉਹਨਾਂ ਨੇ ਛਾਪੀ ਹੈ। ਬਾਕੀ ਦੇਖਦੇ ਹਾਂ ਕਿ ਆਖਰ ਸ਼ਾਮ ਤੱਕ ਹੋਰ ਕਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਵੇਗੀ। ਬਾਕੀ ਅਸੀਂ ਪੁਸ਼ਟੀ ਕੋਈ ਨਹੀਂ ਕਰਦੇ ਕਿ ਇਹ ਖਬਰ ਸੱਚ ਹੈ, ਜਿਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਫੈਲੀ ਹੈ ਉਸੇ ਤਰ੍ਹਾਂ ਤੁਹਾਨੂੰ ਪੜ੍ਹ ਕੇ ਸੁਣਾਈ ਹੈ। ਕਮੈਂਟਾਂ ਦੇ ਵਿੱਚ ਤੁਸੀਂ ਵੀ ਆਪਣੀ ਜ਼ਰੂਰ ਰਾਏ ਜ਼ਰੂਰ ਦਿਓ ਕਿ ਆਖਰ ਕੀ ਤੁਹਾਨੂੰ ਲੱਗਦਾ ਕਿ ਪੂਰੀ ਖਬਰ ਹੈ ਜਿਹੜੀ ਸੱਚ ਹੈ। ਅਗਰ ਵੀਡੀਓ ਦੇਖ ਰਹੇ ਹੋ ਬਾਈ ਫੇਸਬੁੱਕ 'ਤੇ ਤਾਂ ਸ਼ੇਅਰ ਵੀ ਕਰ ਦਿਓ। ਧੰਨਵਾਦ, ਰੱਬ ਰੱਖਾ।